ਹੁਣ ਅਸੀਂ ਜਾਂਦੇ ਆਪਣੇ ਅਗਲੇ ਕਾਲਰ ਨਾਲ। ਹੈਲੋ 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 ਤੇ ਚਲੋ ਇਹ ਤਾਂ ਮੈਨੂੰ ਲੱਗਦਾ ਨਹੀਂ ਗਏ ਤੇ ਫੋਨ ਤੇ ਨਹੀਂ ਆਏ। ਹੁਣ ਅਸੀਂ ਚੱਲਦੇ ਆ ਆਪਣੇ ਅਗਲੇ ਕਾਲਰ ਨਾਲ। ਹੈਲੋ 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 ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਯੂ ਡੂਇੰਗ ਯੋਰ ਜੌਬ ਵੈਰੀ ਵੈਲ। ਥੈਂਕ ਯੂ ਫੰਟਾਸਟਿਕ। ਥੈਂਕ ਯੂ ਵੈਰੀ ਮੱਚ ਭਾਜੀ। ਨੋ ਵਨ ਕੈਨ ਬੀਟ ਯੂ। ਥੈਂਕਸ ਥੈਂਕਸ ਥੈਂਕ ਯੂ। ਆਹ ਰੀਅਲੀ ਐਕਸਲੈਂਟ। ਯਾ ਨੋ ਵਨ ਕੈਨ ਐਂਡ ਆਈ ਵਾਂਟ ਟੂ ਸੇ ਯੂ ਸਮਥਿੰਗ ਰਿਗਾਰਡਿੰਗ ਫੋਰ ਦ ਪਰਸਨ ਹੂ ਵਾਂਟਸ ਟੂ ਗੋ ਬੈਕ ਟੂ ਇੰਡੀਆ। ਹਾਂਜੀ। ਲਾਈਕ ਉਹਨਾਂ ਜਿੱਦਾਂ ਆਪਣੇ ਐਮਰਜੈਂਸੀ ਸਲਿੱਪ ਕਹਿੰਦੇ ਆ ਟਰੈਵਲ ਡਾਕੂਮੈਂਟ। ਹਾਂਜੀ ਹਾਂਜੀ। They don't need a letter from a home office. That's costing them for £75. That's right, yeah. ਹੁਣ ਇਹਨਾਂ ਨੇ ਪੈਸੇ ਲਾਉਣ ਲੱਗ ਪਏ ਸ਼ੁਰੂ ਕਰ ਲਏ। ਹਾਂਜੀ ਪਰ ਜਿੱਦਾਂ they don't need a letter. ਅੱਛਾ they don't need that. ਹਾਂਜੀ if the person like as me who's got the indefinite from here. ਹਾਂ if I lost my passport then like me they need the letter from the home office. Okay. They have to pay the £75 for them. Okay. ਜਿਹੜੇ ਬੰਦੇ ਕੱਚੇ but not a person who is going to India. ਜਿਹੜੇ ਕੱਚੇ ਆ ਉਹਨਾਂ ਨੂੰ ਨਹੀਂ ਚਾਹੀਦਾ। ਨਾ 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 ਉਹਨਾਂ ਨੂੰ ਕੋਈ ਲੱਸੀ ਲੁਸੀ ਪੀ ਆਇਆ ਕਰੋ। ਐਵੇਂ 75 ਪਾਉਂਡ ਕਾਹਦੇ ਖਰਚਣੇ ਆ। ਆਹੋ ਬਿਲਕੁਲ ਪਿੰਡ ਜਾ ਕੇ ਖਰਚੇ ਉੱਥੇ ਦਿੱਲੀ 에ਅਰਪੋਰਟ ਤੇ। ਆਹੋ ਅਸੀਂ ਤੁਹਾਡੇ ਕੋਲ ਆਏ ਸੀਗੇ ਜਦੋਂ ਵੈਨ ਯੂ ਜਦੋਂ ਯੂ ਆਫਿਸ ਵਾਸ ਇਨ ਅਸਮੈਟਿਕ। ਅੱਛਾ ਜੀ। ਹਾਂਜੀ ਠੀਕ ਹੈ। ਤੇ ਮੈਂ ਤਾਂ ਕਰਕੇ ਕਿਹਾ ਮੈਂ ਕਿ ਜਦੋਂ ਐਵੇਂ ਆਪਣੇ ਹੋਰ ਐਮਬੈਸੀ ਚੱਕਰ ਬਹੁਤ ਲਵਾਉਂਦੇ ਆ। ਐਮਬੈਸੀ ਮੈਨੂੰ ਗੱਲ ਸਮਝ ਨਹੀਂ ਆਉਂਦੀ। ਇੱਕ ਤਾਂ ਐਮਬੈਸੀ ਵਾਲੇ ਨੇ ਪਹਿਲਾਂ ਸਟਾਫ ਜਿਹੜਾ ਰੱਖਿਆ ਨਾ ਇਹ ਸਾਰਾ ਸਾਊਥ ਇੰਡੀਅਨ ਆ। ਇਹ ਹਿੰਦੀ ਵੀ ਨਹੀਂ ਬੋਲਦੇ। ਯਾਦ ਕਹਿੰਦੇ ਅੰਗਰੇਜ਼ੀ ਬੋਲੋ ਯਾਦ ਤਾਮਿਲ ਤੁਮਿਲ ਬੋਲੋ। ਇਟ ਇਜ਼ ਟਰੂ ਪਾਚ। ਇੱਕ ਚੱਕਰ ਇਹਨੇ ਲਾਉਣ ਦੇ ਆਪਣੇ ਬੰਦਿਆਂ ਨੂੰ ਜ਼ਿਆਦਾ ਤੰਗ ਕਰਦੇ ਆ ਪੰਜਾਬੀਆਂ ਨੂੰ। ਬਿਲਕੁਲ। ਤੇ ਇਹਨਾਂ ਦੀ ਥੋੜੇ ਮੈਂ ਲੈ ਕੇ ਆਉਂਗਾ ਇੱਕ ਦਿਨ ਹਾਈ ਕਮਿਸ਼ਨ। ਜਦੋਂ ਮੇਰੇ ਵੀ ਆਰਗੂਮੈਂਟ ਹੋਏ ਸੀਗੇ ਜਦੋਂ ਮੇਰੇ ਨਾਲ ਮੁੰਡਾ ਸੀਗਾ। ਹਾਂ ਮੈਂ ਕਿਹਾ ਜਦੋਂ ਉੱਥੇ ਇੱਕ ਕੋਈ ਆਫੀਸਰ ਹੈ ਚਲੋ ਮੈਂ ਉਹਦਾ ਨਾਮ ਨਹੀਂ ਲੈਣਾ। ਹਾਂਜੀ ਹਾਂਜੀ। ਮਤਲਬ ਬਿਕਾਜ਼ ਇਟਸ ਨਾਟ ਫੇਅਰ। ਹਾਂਜੀ। ਤੇ ਮੈਂ ਕਿਹਾ ਜਦੋਂ ਮੈਂ ਕਿਹਾ ਯੂ ਟੈਲ ਅਸ ਵਾਟ ਯੂ ਵਾਂਟ। ਯਾ ਮੈਂ ਕਿਹਾ ਯੂ ਆਲਰੇਡੀ ਮੈਂਸ਼ਨ ਵਾਟ ਯੂ ਵਾਂਟ ਇਨ ਅ ਫਾਰਮ ਵੀ ਬ੍ਰਿੰਗ ਇਟ ਆਲ ਓਵਰ ਦ ਥਿੰਗਸ ਹੇਅਰ। ਹਾਂ ਐਂਡ ਆਫਟਰ ਦਾ ਐਵਰੀ ਡੇ ਜਿੱਦਾਂ ਤੁਸੀਂ ਕਹਿੰਦੇ ਹੁਣ ਆਹ ਲੈ ਕੇ ਆਓ ਹੁਣ ਆਹ ਲੈ ਕੇ ਆਓ ਆਹ ਲੈ ਕੇ ਆਓ ਜਸਟ ਦੈਟਸ ਨਾਟ ਫੇਅਰ। ਮੈਂ ਕਹਿੰਦਾ ਤੰਗ ਹੀ ਕਰਦੇ ਇਹ ਜ਼ਿਆਦਾ। ਇਟ ਇਜ਼ ਟਰੂ ਪਾਰਟ ਹੈ ਨਾ ਕਿ ਆਪਣੇ ਬੰਦਿਆਂ ਨੂੰ ਸਿੱਧੀ ਅੱਖ ਨਾਲ ਦੇਖਦੇ ਨੇ। ਨਾ ਨਹੀਂ ਨਹੀਂ ਮੈਂ ਤਾਂ ਕਹਿੰਦਾ ਭਾਜੀ ਮੈਂ ਜਿੱਦਾਂ ਬੋਰਨ ਐਂਡ ਬ੍ਰੋਟ ਅਪ ਇਨ ਦਿੱਲੀ। ਹਾਂ ਆ ਸੀਨ ਯੂ ਸੋ ਮਨੀ ਟਾਈਮਸ ਇਨ ਵੈਸਟ ਰੋਮ ਵੈਨ ਯੂ ਬੀਂਗ ਟੂ ਦਾ ਗ੍ਰੇਟ ਸਪੈਕਿੰਗ। ਓਕੇ ਮੈਂ ਫਾਲ ਲੈਣਾ ਕੋਈ ਨਹੀਂ ਨੈਕਸਟ ਟਾਈਮ। ਮੈਂ ਕਹਿੰਦਾ ਭਾਜੀ ਚੱਲ ਲੰਗਰ ਛੱਕ ਕੇ ਆਈਏ ਗੁਰਦੁਆਰੇ। ਚੱਲ ਠੀਕ ਆ। ਤੇ ਨਾ ਸੋ ਦੈਟ ਆਮ ਟੈਲਿੰਗ ਜਿੱਦਾਂ ਵੀ ਬੰਦੇ ਨੂੰ ਨਾ ਆਪਣੇ ਨੂੰ ਜਿੱਦਾਂ ਆਪਣੇ ਵਰਗੇ ਬਿਹੇਵ ਕਰਨਾ ਚਾਹੀਦਾ ਜਿੱਦਾਂ ਕਿ ਹਾਂ ਵੀ ਚਲੋ ਮੁਸੀਬਤ ਦਾ ਫਸਿਆ ਕਿਉਂਕਿ ਜਿਹੜਾ ਇਸ ਮੁਲਕ 'ਚ ਵਾਪਸ ਆ ਰਿਹਾ ਹੈਗਾ ਇਟ ਮੀਨਸ ਕਿ ਜਿੱਦਾਂ ਹੀ ਮਸਟ ਬੀ ਇਨ ਅ ਟਰਬਲ। ਆਹ ਕੋਈ ਮਜਬੂਰੀ ਲਈ ਜਾਂਦਾ ਮੁੜ ਕੇ ਅੱਕ ਕੇ ਜਾਂਦਾ ਉਹ ਫਾਇਦਾ ਨਹੀਂ ਹਾਂ ਨਹੀਂ ਤਾਂ ਕਿਸੇ ਦਾ ਦਿਲ ਨਹੀਂ ਕਰਦਾ ਹੈਗਾ। ਮੈਂ ਆਪਣੇ ਸਾਰੇ ਭੈਣਾਂ ਭਰਾਵਾਂ ਨੂੰ ਇਹੀ ਕਹੂੰਗਾ ਕਿ ਫੇਰ ਵੀ ਜਿੱਦਾਂ ਤਕੜੇ ਹੋ ਕੇ ਰਹੋ ਇੱਕ ਹੋ ਕੇ ਰਹੋ ਤੇ ਸਾਡਾ ਆਪਣੀ ਪੰਜਾਬੀ ਦੀ ਇਕੱਠ ਇੱਕ ਹੋਣੀ ਚਾਹੀਦੀ ਹੈ ਬਸ। ਬਿਲਕੁਲ। ਉੱਥੇ ਜਾ ਕੇ ਇੱਦਾਂ ਸੋਚਣਗੇ ਕਾਲੇ ਪੀਲੇ ਆ ਕੌਣ ਕੀ ਬੋਲਦਾ ਕੀ ਨਹੀਂ। ਮਤਲਬ ਜਿੱਦਾਂ ਆਪਸ 'ਚ ਨਾ ਅਸੀਂ ਆਪਣੇ ਪਾਰਟਿਸਪੇਟ ਨਹੀਂ ਕਰਦੇ ਆਪਣੀ ਪ੍ਰੋਬਲਮ। ਹਾਂ ਬਸ ਇਹੀ ਗੱਲ ਮੈਂ ਕਹਿਣੀ ਚਾਹੁੰਦਾ। ਮਾਰਨ ਇਕੱਠੇ ਹੋ ਕੇ ਪੈ ਪੋ ਸਾਰੇ ਜਿੰਨੇ ਕਿਉਂ। ਬਿਲਕੁਲ ਬਿਲਕੁਲ। ਇਹਨਾਂ ਨੂੰ ਦਬ ਕੇ ਮਾਰਦੇ ਦਬ ਕੇ ਮਾਰੋ ਇਹਨਾਂ ਨੂੰ ਚਾਰ ਪੰਜ। ਹਾਂ ਮੈਂ ਤਾਂ ਉਹਨੂੰ ਫੜ ਲੈਣਾ ਸੀ। ਮੈਂ ਤਾਂ ਜੇ ਤਾਂ ਮੈਂ ਕਿਹਾ ਮੈਂ ਤੇਰੀ ਹਿੰਮਤ ਕਿੱਦਾਂ ਹੋਈ ਮੈਂ ਕਿਹਾ ਤਾਂ ਗੱਲ ਕਰਨ ਦੀ। ਮੈਂ ਕਿਹਾ ਵਾਈ ਸ਼ਾਟ ਬੜੀ ਰੂਹ ਦੀ ਗੱਲ ਕਰਦੇ ਆ। ਹਾਈ ਕਮਿਸ਼ਨ ਨੂੰ ਲੈ ਕੇ ਆਵਾਂਗੇ ਅਸੀਂ ਇਹ ਗੱਲਾਂ ਕਲੀਅਰ ਕਰਾਂਗੇ ਇਹਨਾਂ ਦੀ ਸਟਾਫ ਨੂੰ ਸੱਦ ਕੇ। ਮੈਂ ਭਾਜੀ ਮੈਂ ਇੱਕ ਚੀਜ਼ ਹੋਰ ਮੈਂਸ਼ਨ ਕਰਨੀ ਚਾਹਨਾ ਜਿੱਦਾਂ ਨਾ ਜਿਹੜੇ ਟਰੈਵਲ ਏਜੰਟ ਨੇ ਅਸੀਂ ਉਹਨਾਂ ਦੇ ਕੋਲ ਬਹੁਤਿਆਂ ਦੇ ਕੋਲ ਗਏ ਉਹ ਕਹਿੰਦੇ ਜੀ ਪਾਸਪੋਰਟ ਲੈ ਕੇ ਆਓ। ਮੈਂ ਕਿਹਾ ਜੀ ਦੇਖੋ ਬੰਦਾ ਇੰਡੀਆ ਨੂੰ ਚੱਲਾ ਉਹਦੇ ਕੋਲ ਪਾਸਪੋਰਟ ਤਾਂ ਹੈ ਹੀ ਨਹੀਂ। ਹਾਂ ਠੀਕ ਆ ਟਰੈਵਲ ਡਾਕੂਮੈਂਟ ਚੱਲਿਆ। ਹਾਂ ਜਿੱਦਾਂ ਐਮਰਜੈਂਸੀ ਸਲਿੱਪ ਕਰੋ। ਬਿਲਕੁਲ ਬਿਲਕੁਲ। ਹਾਂ ਤੇ ਉਹ ਰੈਫਰੈਂਸ ਨੰਬਰ ਅਸੀਂ ਕਿਹਾ ਜਿੱਦਾਂ ਹਾਂ ਉਹਨਾਂ ਦਾ ਸਕੈਨ ਕੀਤਾ ਨੰਬਰ ਹੈਗਾ ਇਸ ਤੇ ਤੁਸੀਂ ਟਿਕਟ ਇਸ਼ੂ ਕਰ ਦਿਓ। ਉਹ ਕਹਿੰਦਾ ਨਹੀਂ ਜੀ ਐਮਬੈਸੀ ਵਾਲੇ ਜਿੱਦਾਂ ਕੌਂਸਲੇਟ ਸਾਨੂੰ ਫੋਨ ਕਰੂਗੀ ਦੈਨ ਵੀ ਇਸ਼ੂ ਦ ਟਿਕਟ। ਐਮਬੈਸੀ ਵਾਲੇ ਮਾਮੇ ਲੱਗਦੇ ਫੋਨ ਕਰਨ ਨੂੰ ਕਿ ਟਿਕਟ ਇਸ਼ੂ ਕਰਨੀ ਟਿਕਟ। ਮੈਂ ਕਿਹਾ ਉਹ ਤਾਂ ਮੈਂ ਕਿਹਾ ਸਾਡੀ ਨਹੀਂ ਸੁਣਦੇ। ਮੈਂ ਕਿਹਾ ਅਸੀਂ ਉੱਥੇ ਚਾਰ ਪਾਉਂਡ ਫੀਸ ਲੱਗਣੀ ਹੈ ਮੈਂ ਕਿਹਾ ਜਿੱਦਾਂ ਸਿਰਫ ਆਪਣੇ ਟਰੈਵਲ ਡਾਕੂਮੈਂਟ ਵਾਸਤੇ। ਤੇ ਕਹਿੰਦੇ ਨਹੀਂ ਜੀ ਰੈਫਰੈਂਸ ਨੰਬਰ ਕੋ ਮਤਲਬ ਜਿੱਦਾਂ ਥੋੜਾ ਨਾ ਜਿੱਦਾਂ ਕਮਿਊਨੀਕੇਸ਼ਨ ਗੈਪ ਨਹੀਂ ਵਿੱਚ ਹੈਗਾ। ਕਮਿਊਨੀਕੇਸ਼ਨ ਗੈਪ ਆ ਜਾਂ ਫਿਰ ਮਾਲ ਪੱਤਾ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਹੋਰ ਪਾਰੀ ਅੰਦਰ ਹੀ ਅੰਦਰ ਤਾਂ ਚਲੋ ਤੁਹਾਨੂੰ ਪਤਾ ਹੀ ਅੰਦਰ ਉੱਥੇ ਹੁਣ ਆਪਣੀ ਆਦਤਾਂ ਜਾਣੀਆਂ ਦਣੀ। ਬਿਲਕੁਲ ਬਿਲਕੁਲ। ਹੋਰ ਆਪਣੇ ਬੰਦੇ ਸਿੱਧੇ ਆ ਇਹਨਾਂ ਦੇ ਖੇਤੀਬਾੜੀ ਨਾਲੇ ਮਜਬੂਰ ਬੰਦੇ ਦਾ ਫਾਇਦਾ ਉਠਾਉਣਾ ਆ ਦੇਖੋ ਕਿੰਨੀ ਮਾੜੀ ਗੱਲ ਆ ਜਿਹੜਾ ਬੰਦਾ ਅੱਗੇ ਦੁਖੀ ਆ। ਬਿਲਕੁਲ। ਚਲੋ ਇਹ ਵੀ ਆਪਾਂ ਤਾਂ ਕਰਕੇ ਮੈਂ ਆਪਣੇ ਸਾਰੇ ਭਰਾਵਾਂ ਕਹਿੰਦਾ ਜਿਹਦਾ ਜਿਗਰਾ ਰੱਖਿਓ ਤੇ ਮਿੱਤਰੋ ਅਸੀਂ ਕੁਛ ਨਾ ਕੁਛ ਕਰਾਂਗੇ ਭਾਜੀ ਦੀ ਸਹਾਇਤਾ ਦੇ ਨਾਲ। ਆ ਵੱਡਾ ਭਾਈ ਸਾਡਾ ਕਮਾਂਡਰ ਸਾਡਾ ਮੋਰੇ ਹੈ। ਕੋਈ ਗੱਲ ਨਹੀਂ ਕਮਾਂਡਰ ਮੋਰੇ ਹੋ ਕੇ ਨਾਰੇ ਲਾਓ ਨਾਲੇ ਨਾਲੇ ਇੰਡੀਅਨ ਗਵਰਨਮੈਂਟ ਦਾ ਬਣੂਗਾ ਵੈਰੀ। ਤੇ ਥੈਂਕ ਯੂ ਵੈਰੀ ਮੱਚ। ਇਹ ਵੀ ਇੱਕ ਪ੍ਰੋਬਲਮ ਹੈਗੀ ਆਪਣੇ ਮੁੰਡੇ ਨੂੰ ਬਹੁਤ ਆ ਰਹੀ ਆ ਕਿ ਪਾਸਪੋਰਟ ਨਹੀਂ ਇਸ਼ੂ ਕਰਦੇ। ਇੱਥੇ ਤਾਂ ਚਲੋ ਕਿਸੇ ਹੱਥ ਹੁੱਥ ਪੈ ਜਾਂਦਾ ਪਾਸਪੋਰਟ। ਯੂਰਪ 'ਚ ਬਹੁਤ ਬੜੀ ਪ੍ਰੋਬਲਮ ਆ ਕਿ ਪਾਸਪੋਰਟ ਇਸ਼ੂ ਨਹੀਂ ਹੁੰਦੇ ਅਤੇ ਆਹ ਬਹੁਤ ਬੜੀ ਮਸਲਾ ਹੈ। ਮੈਂ ਕਮਲਜੀਤ ਹੇਰ ਨਾਲ ਵੀ ਗੱਲ ਕੀਤੀ ਸੀ ਜੋ ਕਿ NRI ਸਭਾ ਦੇ ਪ੍ਰਧਾਨ ਆ
ਪਰ ਉਹਨਾਂ ਨੂੰ ਕਿਹਾ ਸੀ ਮੈਂ ਕਿ ਤੁਸੀਂ ਜਾਂ ਤਾਂ ਮਿਨਿਸਟਰ ਆਫ ਐਕਸਟਰਨਲ ਅਫੇਅਰ ਵਾਲਿਆਂ ਨੂੰ ਜਾਂ ਫੋਰਨ ਮਿਨਿਸਟਰ ਨੂੰ ਤੁਸੀਂ ਕੋਈ ਨਾ ਹੱਥ ਪਾ ਕੇ ਗੱਲ ਕਰੋ ਕਿ ਆ ਦੇਖੋ ਜੀ ਕਿ ਤੁਸੀਂ ਪਾਸਪੋਰਟ ਕਢਾਓ ਆਪਣੇ ਬੰਦਿਆਂ ਦੇ, ਆਪਣੀ ਗੌਰਮੈਂਟ ਜਾਂ ਆਪਣੇ ਬੰਦਿਆਂ ਨੂੰ ਸਿੱਧੀ ਅੱਖ ਨਾਲ ਨਹੀਂ ਦੇਖਦੇ। ਹੱਲੇ ਕਿ ਮੈਂ ਦੇਖਿਆ ਕਿ ਜੇ ਤੁਸੀਂ ਸਾਊਥ ਇੰਡੀਅਨ ਹੋਵੋ ਨਾ ਤਾਂ ਤੁਹਾਨੂੰ ਦੋ ਉਹ ਛੇਤੀ ਪਾਸਪੋਰਟ ਦੇ ਦਿੰਦੇ ਆ। ਪੰਜਾਬੀਆਂ ਨੂੰ ਨਾ ਹਿੰਦੀ ਬੋਲਦੇ ਨਾ ਪੰਜਾਬੀ ਬੋਲਦੇ ਆ, ਅੰਗਰੇਜ਼ੀ ਆਪਣੇ ਬੰਦਿਆਂ ਨੂੰ ਆਉਂਦੀ ਨਹੀਂ। ਚਲੋ ਇਹ ਵੀ ਇੱਕ ਵਕਤ ਹੀ ਆ ਕਿ ਮਾੜਾ ਹੋ ਰਿਹਾ। ਅਸੀਂ ਇੰਡੀਅਨ ਹਾਈ ਕਮਿਸ਼ਨ ਨੂੰ ਲੈ ਕੇ ਆਵਾਂਗੇ ਜਾਂ ਕੋਈ ਬੰਦਾ ਲੈ ਕੇ ਆਵਾਂਗੇ ਸਟਾਫ ਤੋਂ, ਅਤੇ ਜੇ ਕੋਈ ਤੁਹਾਡੇ ਜਾਣੂ ਹੈਗਾ ਜੋ ਕਿ ਇੱਥੇ ਆਉਣ ਲਈ ਤਿਆਰ ਆ ਤਾਂ ਉਹਨਾਂ ਦਾ ਨੰਬਰ ਜ਼ਰੂਰ ਦਿਓ, ਮੈਂ ਉਹਨਾਂ ਨੂੰ ਫੋਨ ਕਰਕੇ ਇਨਵਾਈਟ ਕਰੂੰਗਾ ਤਾਂ ਪ੍ਰੋਬਲਮਾਂ ਦਾ ਕੋਈ ਨਾ ਕੋਈ ਹੱਲ ਕਰਾਂਗੇ, ਕਿਉਂਕਿ ਆਪਣੇ ਬੰਦੇ ਆਪਣੇ ਨੂੰ ਖੱਜਲ ਕਰਨੇ ਤਾਂ ਚਲੋ ਮਾੜੀ ਗੱਲ ਹੈ।